ਵੀ ਹਰ ਰੋਜ਼ ਲੋਕਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ, ਕਈ ਵਾਰ ਤਾਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਜਿਹਨਾਂ ਨੂੰ ਸੁਣ ਕੇ ਸਾਨੂੰ ਵੀ ਚੱਕਰ ਆ ਜਾਂਦੇ ਯਾਰ। ਅੱਛਾ ਆਹ ਮੇਰੇ ਵੀਰ ਖੜੇ ਪੁਲਿਸ ਵਾਲੇ ਆਪਣੇ ਨੇ, ਕੁਛ ਮਾੜੇ ਵੀ ਹੋਣਗੇ ਪਰ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ, ਚੰਗੇ ਵੀ ਨੇ, ਆਪਣੇ ਚਾਚੇ ਤਾਏ ਨੇ, ਆਪਣੇ ਪੁੱਤ ਭਤੀਜੇ ਨੇ। ਤੁਹਾਨੂੰ ਪਤਾ ਇਹਨਾਂ ਨੂੰ ਇੱਕ ਕਿਉਂਕਿ ਡਿਊਟੀਆਂ ਇਹਨਾਂ ਦੀਆਂ ਘਰੋਂ ਬਾਹਰ ਹੀ ਹੁੰਦੀਆਂ ਨੇ, ਰੋਟੀ ਪਾਣੀ ਬਾਹਰ ਖਾਂਦੇ ਨੇ। ਤੁਹਾਨੂੰ ਪਤਾ ਇਹਨਾਂ ਨੂੰ 100 ਰੁਪਈਆ ਇਹਨਾਂ ਦੀ ਤਨਖਾਹ ਦੇ ਵਿੱਚ ਐਡ ਕੀਤਾ ਜਾਂਦਾ ਹੈ ਮਹੀਨੇ ਦਾ 100 ਰੁਪਈਆ ਵੀ ਰੋਟੀ ਖਾ ਲਿਆ ਕਰੋ ਬਾਹਰੋਂ, ਯਾਨੀ ਕਿ 3 ਰੁਪਈਏ 33 ਪੈਸੇ ਇੱਕ ਦਿਨ ਦੇ, 3 ਰੁਪਈਏ 33 ਪੈਸਿਆਂ 'ਚ ਪਾਣੀ ਦਾ ਗਲਾਸ ਨਹੀਂ ਆਉਂਦਾ। ਇਹਨਾਂ ਨੂੰ 20 ਰੁਪਈਏ CA ਮਿਲਦਾ, CA ਸਾਈਕਲ ਅਲਾਉਂਸ, ਅੰਗਰੇਜ਼ਾਂ ਵੇਲੇ ਦਾ ਚੱਲਿਆ ਹੋਇਆ ਵੀ ਜਦੋਂ ਪੁਲਿਸ ਸਾਈਕਲਾਂ 'ਤੇ ਜਾਂਦੀ ਹੁੰਦੀ ਸੀ, ਹੁਣ ਕੌਣ ਸਾਈਕਲਾਂ 'ਤੇ ਜਾਂਦਾ ਜੀ? 20 ਰੁਪਈਏ ਮਹੀਨੇ ਦੇ ਉਹ ਮਿਲਦੇ ਨੇ ਜੀ ਇਹਨਾਂ ਨੂੰ। ਆਹ ਜਿਹੜੀ ਵਰਦੀ ਪਾਈ ਖੜੇ ਨੇ ਇਹ ਇਹਨਾਂ ਨੇ ਆਪ ਸਮਾਈ ਹੋਈ ਹੈ। 1100 3 ਰੁਪਈਏ ਮਿਲਦੇ ਨੇ, ਵਰਦੀ 10,000 ਦੀ ਬਣ ਗਈ, ਅਤੇ ਉੱਤੋਂ ਨਵਜੋਤ ਸਿੱਧੂ ਵਰਗੇ ਜ਼ਿੰਮੇਦਾਰ ਲੀਡਰ ਉਹ ਜਾ ਕੇ ਕਪੂਰਥਲੇ ਸੁਲਤਾਨਪੁਰ ਲੋਧੀ ਕਹਿੰਦੇ ਨੇ ਆਹ ਖੜਾ ਮੁੰਡਾ ਸਾਡਾ MLA, ਇੱਕ ਦਬਕਾ ਮਾਰੇ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ। ਆਹ ਮਜ਼ਾਕ ਕਰਦੇ ਹੋ ਇਹਨਾਂ ਦਾ ਯਾਰ, ਸਾਡੇ ਹੀ ਧੀਆਂ ਪੁੱਤ ਨੇ ਯਾਰ, ਅਤੇ ਉਹੀ ਤੁਹਾਡੀ ਰਾਖੀ ਕਰਦੇ ਆ। ਸਿੱਧੂ ਸਾਹਿਬ ਤੁਹਾਡੇ ਘਰ ਮੂਹਰੇ ਟੈਂਟ ਲਾ ਕੇ ਉਹੀ ਬੈਠੇ ਨੇ, ਅਤੇ ਤੁਸੀਂ ਉਹਨਾਂ ਨੂੰ ਮਜ਼ਾਕ ਕਰੀ ਜਾਂਦੇ ਹੋ। ਹੌਸਲਾ ਅਫਜ਼ਾਈ ਕਰੋ, ਡਿਊਟੀ ਹੈ ਹਰੇਕ ਦੀ, ਸਰਕਾਰੀ ਮੁਲਾਜ਼ਮਾਂ ਦੀ 8 ਘੰਟੇ, ਇਹਨਾਂ ਦੀ 24 ਘੰਟੇ ਹੈ, ਇਹਨਾਂ ਦਾ ਵੀ ਹੱਲ ਕਰਾਂਗੇ। ਕਿਉਂਕਿ ਜਦੋਂ ਕੋਈ VIP ਨੇ ਆਉਣਾ ਵਿਚਾਰਿਆਂ ਨੂੰ ਸੜਕਾਂ ਦੀਆਂ ਪੁਲੀਆਂ 'ਤੇ ਖੜਾ ਦਿੰਦੇ ਨੇ, ਭਾਵੇਂ ਥੱਲੇ ਕੀੜਿਆਂ ਦਾ ਭੌਣ ਹੋਵੇ, ਐਂ ਖੜੇ ਰਹਿੰਦੇ ਆ। ਬਾਅਦ 'ਚ ਪਤਾ ਲੱਗਦਾ ਮੰਤਰੀ ਦਾ ਜਹਾਜ਼ 'ਤੇ ਲੰਘ ਗਿਆ ਜੀ, ਲਓ ਥੱਲੇ ਕਾਹਦੇ ਵਾਸਤੇ ਖੜੇ ਹੋ ਬਈ ਤੁਸੀਂ? ਥਾਣੇ ਖਾਲੀ ਹੋਏ ਪਏ ਨੇ, ਮੰਤਰੀਆਂ ਦੇ ਘਰਾਂ ਮੂਹਰੇ ਟੈਂਟ ਲੱਗੇ ਹੋਏ ਨੇ, ਲੋਕ ਲਾਵਾਰ ਛੱਡੇ ਹੋਏ ਨੇ, ਸਭ ਪਤਾ ਸਾਨੂੰ। ਬਣਾਈ ਜਾਂਦੇ ਹਾਂ ਤਵੀਤ, ਕਿਹੜਾ ਡੌਲੇ ਫੜਾ ਦਿਓ, ਤਵੀਤ ਬੰਨਾਂਗੇ ਤੁਹਾਡੇ, ਦੇਖਿਓ ਸਹੀ। ਤੁਸੀਂ ਇੱਕ ਮੌਕਾ ਮਿਲ ਗਿਆ, ਦੁਬਾਰਾ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪੈਣੀ। ਤੁਸੀਂ ਕਹਿਣਾ ਸਤਿ ਸ਼੍ਰੀ ਅਕਾਲ ਜੀ, ਸਾਨੂੰ ਨਹੀਂ ਹੋਰ ਚਾਹੀਦਾ ਕੋਈ। ਹਰੇਕ ਮਹਿਕਮੇ ਦੀ ਰਿਟਾਇਰਮੈਂਟ ਹੈ, ਸੈਂਟਰ ਸਰਕਾਰ ਵਾਲੇ 60 ਸਾਲ 'ਤੇ ਰਿਟਾਇਰ ਹੋ ਜਾਂਦੇ ਆ, ਪੰਜਾਬ ਵਾਲੇ 58।